ਬਿਜਲੀ ਨਿਗਮ ਨੂੰ ਵੱਡੇ ਆਰਥਿਕ ਸੰਕਟ ਦੇ ਵਿੱਚ ਪਾ ਸਕਦਾ ਜਿਹੜਾ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਸਾਡੇ ਹੁਕਮਰਾਨ ਨੇ ਇਹਨਾਂ ਚੋਂ ਕਿਸੇ ਨੇ ਵੀ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਕਿਵੇਂ ਦੇਣਾ ਇਹਦੇ ਤੇ ਕੋਈ ਕੰਮ ਨਹੀਂ ਕੀਤਾ ਜਿਹੜਾ ਪੰਜਾਬ ਬਿਜਲੀ ਨਿਗਮ ਕਿਸੇ ਵੇਲੇ ਮੁਨਾਫੇ 'ਚ ਚੱਲਿਆ ਕਰਦਾ ਸੀ ਇਹਦੇ ਮੁਲਾਜ਼ਮ ਵੀ ਜ਼ਿਆਦਾ ਸੀ ਉਹੀ ਬਿਜਲੀ ਨਿਗਮ ਐਸ ਵੇਲੇ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ ਘਾਟੇ 'ਚ ਲਜਾਣ ਵਾਲਾ ਹੋਰ ਕੋਈ ਨਹੀਂ ਸਾਡੇ ਪੰਜਾਬ ਦੇ ਸਿਆਸਤਦਾਨ ਨੇ ਦੱਸਿਆ ਤਾਂ ਜਾਵੇ ਕਿ ਇਹ ਜਿਹੜੀ ਸਬਸਿਡੀ ਹੈ ਇਹਦਾ ਬੋਝ ਸਰਕਾਰ ਕਿਹੜੇ ਖਾਤਿਆਂ 'ਚੋਂ ਪੂਰਾ ਕਰੇਗੀ ਹੁਣ 1 ਜੁਲਾਈ ਤੋਂ ਬਿਜਲੀ ਨਿਗਮ ਨੇ ਕਹਿਤਾ ਸਰਕਾਰ ਨੇ ਕਹਿਤਾ ਕਿ ਅਸੀਂ 300 ਯੂਨਟ ਮੁਕਤ ਦੇਾਂਗੇ ਇਹਦਾ ਕੀ ਰੂਪਰੇਖਾ ਹੋਵੇਗੀ ਕਿਹੜਾ ਕ੍ਰਾਈਟੇਰੀਆ ਵਰਤਿਆ ਜਾਵੇਗਾ ਇਹ ਸਪਸ਼ਟ ਕਰਨ ਦੀ ਜ਼ਰੂਰ ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਆਪਣੇ ਜਿੱਥੇ ਸਾਥੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਦੇ ਨਾਲ ਰਾਜ ਸਿੰਘ ਦੇ ਨਾਲ ਤੇ ਢਿੱਲੋਂ ਦੇ ਨਾਲ ਵੀ ਉਹ ਮੁਲਾਕਾਤ ਕੀਤੀ ਹੈ ਉਹਨਾਂ ਦੇ ਵੱਲੋਂ ਜਿਹੜੇ ਅਮਰੀਕ ਸਿੰਘ ਢਿੱਲੋਂ ਸੀ ਨਵਜੋਤ ਸਿੰਘ ਸਿੱਧੂ ਪਹਿਲਾਂ ਉਹਦੀ ਗੱਲ ਤਾਂ ਕਲੀਅਰ ਕਰਦੇ ਨੇ ਵੀ ਉਹਦੀ ਟਿਕਟਰੀ ਨੇ ਕਟਾਈ ਸੀ ਇਹ ਜਿੱਦਾਂ ਦੀਆਂ ਸਰਗਰਮੀਆਂ ਨਵਜੋਤ ਸਿੰਘ ਸਿੱਧੂ ਕਰ ਰਿਹਾ ਹੈ ਇਹ ਤਾਂ ਆਇਆ ਲੱਗਦਾ ਹੈ ਕਿ ਕੁਝ ਨਵਾਂ ਪਾਣਾ ਵਾਪਰਨ ਆਲਾ ਹੈ ਔਰ ਅਮਰਿੰਦਰ ਸਿੰਘ ਰਾਜਾ ਬੜੇ ਕਿ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੁੱਚੀ ਕਾਂਗਰਸ ਨੂੰ ਇੱਕਜੁੱਟਤਾ ਦੇ ਨਾਲ ਚਲਾਵੇ ਨਹੀਂ ਤਾਂ ਫਿਰ ਜੜੀਮ ਸ਼ਾਸ਼ਲੀ ਕਾਰਵਾਈ ਹੈ ਉਹ ਕਰ ਦਿੱਤੀ ਜਾਵੇ ਕੇਂਦਰੀ ਟੀਮਾਂ ਦੇ ਵੱਲੋਂ ਕਣਕ ਦੇ ਸੁngੜੇ ਹੋਏ ਦਾਣੇ ਦਾ 17 ਜ਼ਿਲ੍ਹਿਆਂ ਦਾ ਸਰਵੇਖਣ ਮੁਕੰਮਲ ਕਰ ਲਿਆ ਗਿਆ ਪਤਾ ਲੱਗਿਆ ਕਿ ਉਹਨਾਂ ਨੇ ਦੌਰਾ ਕਰ ਲਿਆ ਚੈੱਕ ਕਰ ਲਿਆ ਨਮੂਨੇ ਲਈ ਸੀ ਨਮੂਨਿਆਂ ਦੀ ਜਾਂਚ ਕਰਾ ਲਈ ਕੇਂਦਰ ਸਰਕਾਰ ਦਾ ਮਾਪਦੰਡ ਹੈ ਕਿ 6% ਜੇ ਮਾਜੂਦਾ ਨਾ ਹੋਵੇਗਾ ਤਾਂ ਕੋਈ ਵੱਡੀ ਗੱਲ ਨਹੀਂ ਪਰ ਇਸ ਤੋਂ ਜ਼ਿਆਦਾ ਹੈ ਕਿਸਾਨ ਉਹਦੇ ਤੇ ਕੁਝ ਰਾਹਤ ਮੰਗਦੇ ਆ ਢਿੱਲੋ ਜੀ ਮਨਜਿੰਦਰ ਸਿੰਘ ਸਿਰਸਾ ਦਾ ਇਹ ਕਹਿਣਾ ਕਿ 1984 ਦੇ ਬਾਰੇ ਫਿਲਮ ਬਣਨੀ ਚਾਹੀਦੀ ਤਾਂਕਿ ਦੇਸ਼ ਦੇ ਲੋਕਾਂ ਨੂੰ ਸਿੱਖਾਂ ਤੇ ਹੋਏ ਜ਼ੁਲਮਾਂ ਦਾ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੇ ਅਤਿਆਚਾਰ 1984 ਦੇ ਵਿੱਚ ਕੀਤੇ ਗਏ ਸੀ ਪਹਿਲਾਂ ਇਹ ਕੁਝ ਕਰਾਉਣ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਮੰਤਰੀ ਨੂੰ ਜਾ ਕੇ ਪੁੱਛ ਲੇ ਉਹ ਇਹ ਸਾਰਾ ਕੁਝ ਕਰਾਉਣ ਨੂੰ ਤਿਆਰ ਨੇ ਕੱਲੇ 84 ਦੇ ਕਿਉਂ ਕਰਾਉਣਾ ਚਾਹੁੰਦਾ ਮਨਜਿੰਦਰ ਸਿੰਘ ਸਿਰਸਾ ਜਿਹੜਾ ਸਾਕਾ ਨੀਲਾ ਤਾਰਾ ਵਾਪਰਿਆ ਭਾਵੇਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜਾ ਕੇ ਇਹ ਦਰبار ਸਾਹਿب ਤੇ ਫੌਜਾਂ ਚੜੀਆਂ ਗਈਆਂ ਇਹਦੀ ਵੀ ਜਾਂਚ ਨਾਲ ਕਰਾ ਲਈ ਜਾਵੇ ਨਾਲੇ ਪਤਾ ਲੱਗ ਜੂਗਾ ਵੀ ਕੌਣ ਕੌਣ ਜ਼ਿੰਮੇਵਾਰ ਹੈ ਸਤਿ ਸ਼੍ਰੀ ਅਕਾਲ ਮੈਰੀ ਨਾਤੇ ਮੈਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਖ-ਆਖ ਵਿਸ਼ਾ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਬਿਜਲੀ ਨਿਗਮ ਨੂੰ ਵੱਡੇ ਆਰਥਿਕ ਸੰਕਟ ਦੇ ਵਿੱਚ ਪਾ ਸਕਦਾ ਮੁਫਤ 300 ਯੂਨਟ ਦਾ ਐਲਾਨ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਜੋ ਦੇਖਿਆ ਜਾ ਰਿਹਾ ਆਵਾਰਾ ਪਸ਼ੂ ਦੇ ਕਾਰਨ ਲਗਾਤਾਰ ਐਕਸੀਡੈਂਟ ਵਧਦੇ ਜਾ ਰਹੇ ਨੇ ਆਵਾਰਾ ਪਸ਼ੂ ਸ਼ਰਿਆਮ ਸੜਕਾਂ ਤੇ ਘੁੰਮਦੇ ਨਜ਼ਰ ਆਦੇ ਨੇ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਲੋਕ ਕਿਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਦੇਖਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਮੁਕੰਨ ਦਾ ਨਾਮ ਨਹੀਂ ਲੈ ਰਹੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਨਾਂ ਦੀ ਵੀ ਧੜੇਬੰਦੀ ਲਗਾਤਾਰ ਨਜ਼ਰ ਆ ਰਹੀ ਹੈ ਆਏ ਦਿਨ ਉਹਨਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਬੰਦ ਕਮਰਾ ਮੀਟਿੰਗ ਉਹਨਾਂ ਦੇ ਵੱਲੋਂ ਜਾਰੀ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ 1984 ਬਾਰੇ ਫਿਲਮ ਨੂੰ ਲੈ ਕੇ ਸਿਰਸਾ ਦਾ ਬਿਆਨ ਸਾਹਮਣੇ ਆਇਆ ਕਿ 1984 ਦੇ ਕਤਲੇਆਮ ਤੇ ਫਿਲਮ ਬਣਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਆਖਿਰ ਇਹ ਕਤਲੇਆਮ ਕਿਸ ਤਰੀਕੇ ਦੇ ਨਾਲ ਹੋਇਆ ਸੀ ਇਸ ਤੇ ਚਰਚਾ ਕਰਾਂਗੇ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ ਇਨ੍ਹਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਕਿ ਕਿ ਬਿਜਲੀ ਨਿਗਮ ਨੂੰ ਵੱਡੇ ਆਰਥਿਕ ਸੰਕਟ ਦੇ ਵਿੱਚ ਪਾ ਸਕਦਾ ਜਿਹੜਾ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਦੇਖੋ ਜਿਹੜਾ ਸਾਡੇ ਹੁਕਮਰਾਨ ਨੇ ਇਹਨਾਂ ਚੋਂ ਕਿਸੇ ਨੇ ਵੀ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਕਿਵੇਂ ਦੇਣਾ ਇਹਦੇ ਤੇ ਕੋਈ ਕੰਮ ਨਹੀਂ ਕੀਤਾ ਇੱਕ ਦੂਜੇ ਤੋਂ ਵੱਧ ਹੋ ਹੋ ਕੇ ਕਿ ਤਾਈ ਦੀ ਤੀ ਚੱਲੀ ਮੈਂ ਕਿਉਂ ਰਹਿ ਜਾਂ ਕੱਲੀ ਜੇ ਇੱਕ ਕਹਿੰਦਾ ਮੈਂ 10% ਪੰਜਾਬ ਡੋਬੜਾ ਦੂਜਾ ਕਹਿੰਦਾ ਕੋਈ ਨਹੀਂ ਤੂੰ ਮੈਨੂੰ ਆਉਣ ਦੇ ਮੈਂ ਤੈਨੂੰ ਉਦੋਂ ਵੱਧ ਡੋਬ ਕੇ ਦਿਖਾਉਂਗਾ ਐਸ ਵੇਲੇ ਜਿਹੜਾ ਪੰਜਾਬ ਬਿਜਲੀ ਨਿਗਮ ਕਿਸੇ ਵੇਲੇ ਮੁਨਾਫੇ 'ਚ ਚੱਲਿਆ ਕਰਦਾ ਸੀ ਇਹਦੇ ਮੁਲਾਜ਼ਮ ਵੀ ਜ਼ਿਆਦਾ ਸੀ ਉਹੀ ਬਿਜਲੀ ਨਿਗਮ ਐਸ ਵੇਲੇ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ ਜੀ ਘਾਟੇ 'ਚ ਲਜਾਣ ਵਾਲਾ ਹੋਰ ਕੋਈ ਨਹੀਂ ਸਾਡੇ ਪੰਜਾਬ ਦੇ ਸਿਆਸਤਦਾਨ ਨੇ ਸਤਿਤੀ ਬਿਜਲੀ ਬੋਰਡ ਦੇ ਕੋਈ ਇਹ ਹੈ ਕਿ ਉਹਨਾਂ ਦੇ ਪੱਲੇ ਕੱਖ ਨਹੀਂ ਪੰਜਾਬੀ ਦੀ ਕਹਾਵਤ ਹੈ ਘਰ ਦਾਣੇ ਨਹੀਂ ਮਾਂ ਪੀਣ ਗਈ ਹੈ ਬਿਜਲੀ ਦੇ ਖੁੱਲੇ ਖਜ਼ਾਨਿਆਂ ਦੇ ਭੜੋਲਿਆਂ ਵਿੱਚ ਲਗਾਤਾਰ ਖਾਲੀ ਹੁੰਦੇ ਜਾ ਰਹੇ ਨੇ ਚੂਹੇ ਨੱਚਦੇ ਆ ਉੱਥੇ ਜਿਹੜਾ ਹੁੰਦਾ ਆਪਣੀ ਸਿਆਸਤ ਬਾਤੇ ਬਿਜਲੀ ਬੋਰਡ ਤੇ ਬੋਝ ਪਾ ਦਿੰਦਾ ਇਹ ਜਿਹੜੀ ਤਾਜੀ ਅਸੀਂ ਬਿਜਲੀ ਮੁਕਤ ਦੇਣ ਦੀ ਗੱਲ ਕੀਤੀ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਬਿਜਲੀ ਬੋਰਡ ਦਾ ਹੋਰ ਪੱਠਾ ਵਹਾਉਣ ਦਾ ਕੰਮ ਹੋਵੇਗਾ ਜੀ ਦੱਸਿਆ ਤਾਂ ਜਾਵੇ ਕਿ ਇਹ ਜਿਹੜੀ ਸਬਸਿਡੀ ਹੈ ਇਹਦਾ ਬੋਝ ਸਰਕਾਰ ਕਿਹੜੇ ਖਾਤਿਆਂ 'ਚੋਂ ਪੂਰਾ ਕਰੇਗੀ। ਤਾਜ਼ਾ ਅੰਕੜੇ ਦੱਸਦੇ ਐ ਕਿ ਬਿਜਲੀ ਬੋਰਡ ਨੇ ਨਵਾਂ ਕਰਜ਼ਾ ਲੈਣ ਵਾਸਤੇ ਆਪਣੀ ਜਿਹੜੀ ਚਾਰਾ ਜੁਈਏ ਉਹ ਅੱਗੇ ਸ਼ੁਰੂ ਕਰ ਦਿੱਤੀ ਐ ਨਵੇਂ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਐ ਤਾਂ ਕਿ ਬਿਜਲੀ ਖਰੀਦਣ ਵਾਸਤੇ ਉਹਨਾਂ ਨੂੰ ਕੁਝ ਕਰਜ਼ਾ ਲੈਣਾ ਪਵੇਗਾ ਉਹ ਕਰਜ਼ਾ ਬਿਜਲੀ ਬੋਰਡ ਤੇ ਬੋਝ ਪਵੇਗਾ ਪਿਛਲੀਆਂ ਸਰਕਾਰਾਂ ਵਾਲੇ ਦੱਸਣ ਕਿ ਜਿਹੜੀ ਬਿਜਲੀ ਚੋਰੀ ਵੱਡੇ ਪੱਧਰ ਤੇ ਹੁੰਦੀ ਹੈ ਇਹਦੇ ਲਈ ਕਿਹੜੇ ਕਦਮ ਉਠਾਏ ਸਨ ਜਦੋਂ ਬਿਜਲੀ ਨਿਗਮ ਦੀਆਂ ਟੀਮਾਂ ਇਹ ਚ ਕੋਈ ਚੱਕ ਨਹੀਂ ਕਾਲੀਆਂ ਭੇਡਾਂ ਉੱਥੇ ਵੀ ਬਹੁਤ ਨੇ ਜਿਨ੍ਹਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਵਾਪਰਦਾ ਪਰ ਹੁਣ ਬਹੁਤ ਸਾਰੇ ਅਧਿਕਾਰੀ ਚੌਕਸ ਨੇ ਕਿ ਚੰਗੇ ਅਕਸ ਵਾਲੇ ਅਧਿਕਾਰੀ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਤੇ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰ ਸਕਦਾ ਕਈ ਦੂਜੀ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਡਿਊਟੀ ਘਟ ਡਿਊਟਾ ਵਧ ਕਰਦੇ ਨੇ ਉਹ ਜਿਹੜੇ ਡਿਊਟੇ ਵਾਲੇ ਨੇ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਬਿਜਲੀ ਨਿਗਮ ਇਕਦਾਂ ਸਬਸਿਡੀਆਂ ਦੇ ਬੋਝ ਨੇ ਖਾਲਿਆ ਤੇ ਦੂਜਾ ਬਿਜਲੀ ਚੋਰੀ ਨੇ ਖਾਲਿਆ ਹੁਣ 1 ਜੁਲਾਈ ਤੋਂ ਬਿਜਲੀ ਦੇ ਕੰਮ ਨੇ ਕਹਤਾ ਸਰਕਾਰ ਨੇ ਕਹਤਾ ਕਿ ਅਸੀਂ 300 ਯੂਨਟ ਮੁਕਤ ਦੇਾਂਗੇ ਜੀ ਇਹਦਾ ਕੀ ਰੂਪਰੇਖਾ ਹੋਵੇਗੀ ਕਿਹੜਾ ਕ੍ਰਾਈਟੇਰੀਆ ਵਰਤਿਆ ਜਾਵੇਗਾ ਇਹ ਸਪਸ਼ਟ ਕਰਨ ਦੀ ਜ਼ਰੂਰਤ ਹੈ ਜੀ ਢਿੱਲੋ ਜੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦਾ ਦੇਖਿਆ ਜਾ ਰਿਹਾ ਕਿ ਸੂਬੇ ਦੇ ਅੰਦਰ ਧੜੇਵੰਦੀ ਨਜ਼ਰ ਲਗਾਤਾਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਆਪਣੇ ਜਿੱਥੇ ਸਾਥੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਦੇ ਨਾਲ ਆਲ ਸਿੰਘ ਦੇ ਨਾਲ ਤੇ ਢਿੱਲੋ ਦੇ ਨਾਲ ਵੀ ਉਹ ਮੁਲਾਕਾਤ ਕੀਤੀ ਹੈ ਉਹਨਾਂ ਦੇ ਵੱਲੋਂ ਬਿਲਕੁਲ ਜਿਹੜੇ ਅਮਰੀਕ ਸਿੰਘ ਢਿੱਲੋਂ ਸੀ ਨਵਜੋਤ ਸਿੰਘ ਸਿੱਧੂ ਪਹਿਲਾਂ ਉਹਦੀ ਗੱਲ ਤਾਂ ਕਲੀਅਰ ਕਰਦੇ ਨੇ ਉਹਦੀ ਡਿਟ੍ਰੈਕਟਿੰਗ ਨੇ ਕਟਾਈ ਸੀ ਇਹ ਵੀ ਦੱਸ ਦੇਣ ਇਹ ਜਿੱਦਾਂ ਦੀਆਂ ਸਰਗਰਮੀਆਂ ਨਵਜੋਤ ਸਿੰਘ ਸਿੱਧੂ ਕਰ ਰਿਹਾ ਹੈ ਇਹ ਤੋਂ ਐਂ ਲੱਗਦਾ ਹੈ ਕਿ ਕੁਝ ਨਵਾਂ ਪਾਣਾ ਵਾਪਰਨ ਆਲਾ ਹੈ ਜਦ ਤੱਕ ਕਾਂਗਰਸ ਹਾਈ ਕਮਾਂਡ ਵੱਲੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਦਿੱਤੀ ਹੋਈ ਜ਼ਿੰਮੇਵਾਰੀ ਉਹਦੇ ਗਲੇ ਦੀ ਗਲੇ ਤੋਂ ਥੱਲੇ ਨਹੀਂ ਉਤਰ ਰਹੀ ਗਲੇ ਦੀ ਹੱਡੀ ਬਣੀ ਹੋਈ ਹੈ ਜੀ ਇਹ ਵੀ ਦੱਸ ਦੇਣ ਕਿ ਉਹ ਜਿਹੜੀਆਂ ਗੱਲਾਂ ਕਰਦੇ ਐ ਉਹ ਚ ਕੀ ਨਜ਼ਰ ਆਉਂਦਾ ਐ ਉਹ ਇਹ ਵੀ ਦੱਸਦੇ ਨੇ ਕਿ ਜਿਹੜੀਆਂ ਸਰਗਰਮੀਆਂ ਹੁਣ ਅਰਬੀਆਂ ਨੇ ਇਹ ਚੋਣਾਂ ਤੋਂ ਪਹਿਲਾਂ ਕਿਉਂ ਨਾਲ ਅਰਬੀਆਂ ਸਮਚੇਰ ਸਿਕ ਦੂਲੋਂ ਨੇ ਸ਼ਰ੍ਹਾਂ ਇਲਜ਼ਾਮ ਲਾਏ ਨੇ ਉਹ ਬੀਤੀ ਦਿਨ ਬੀਬੀ ਸੋਨਿਆ ਗਾਂਧੀ ਨੂੰ ਵੀ ਮਿਲ ਕੇ ਆਏ ਨੇ ਜਿੱਥੇ ਜਾ ਕੇ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਟਿਕਟਾਂ ਸੀ ਉਹ ਵੇਚੀਆਂ ਗਈਆਂ ਇਹ ਜਿਹੜੀ ਕਾਂਗਰਸ ਦੀ ਆਪਣੇ ਆਪ ਨੂੰ ਹਾਈ ਕਮਾਂਡ ਕਹਿੰਦੀ ਹੈ ਇਹਨਾਂ ਇਲਜ਼ਾਮਾਂ ਦਾ ਇਹਨਾਂ ਨੇ ਖੰਡਨ ਕਿਉਂ ਨਹੀਂ ਕੀਤਾ ਕਿਉਂ ਨਹੀਂ ਰੋਕਿਆ ਕਿਉਂ ਨਹੀਂ ਦੱਸਿਆ ਕਿ ਜਿਹੜੇ ਦੂਲੋਂ ਸਾਹਿਬ ਦੇ ਇਲਜ਼ਾਮ ਨੇ ਉਹ ਟਿਕਟਾਂ ਕਿਨੇ-ਕਿਨੇ ਵੇਚੀਆਂ ਨੇ ਕਾਂਗਰਸ ਦੇ ਪ੍ਰਧਾਨ ਨੇ ਵੇਚਿਆ ਸੂਬੇ ਦੇ ਨੇ ਸੂਬੇ ਦੇ ਕਾਂਗਰਸ ਦੇ ਇੰਚਾਰਜ ਨੇ ਵੇਚਿਆ ਜੀ ਜਿਹੜੇ ਹੋਰ ਦਿੱਲੀ ਵਾਲੇ ਪੰਜਾਬ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਵੇਚੀਆਂ ਨੇ ਇਹ ਇਲਜ਼ਾਮਾਂ ਦਾ ਕੋਈ ਥੋਪਤਾ ਲੱਗ ਨਹੀਂ ਰਿਹਾ ਕਿ ਕਰ ਕੌਣ ਰਿਹਾਗਾ ਤੇ ਨਵਜੋਤ ਸਿੰਘ ਸਿੱਧੂ ਨੂੰ ਇਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕਿੱਥੇ ਕੱਟੀ ਤਾਂ ਕੱਟੀ ਕਿਉਂ ਗਈ ਸੀ ਪ੍ਰਧਾਨਗੀਤਾ ਉਹਦੀ ਹੈ ਇਸ ਕਰਕੇ ਕਾਂਗਰਸ ਜਿਹੜੇ ਪਾਸੇ ਨੂੰ ਹੁਣ ਫੇਰ ਤੁਰਪੀ ਹੈ ਮੇਰਾ ਖਿਆਲ ਉਹਨਾਂ ਨੇ ਬੀਤੇ ਤੋਂ ਸਬਕ ਨਹੀਂ ਦਿਆ ਜੀ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੁੱਚੀ ਕਾਂਗਰਸ ਨੂੰ ਇੱਕਜੁੱਟਤਾ ਦੇ ਨਾਲ ਚਲਾਵੇ ਨਹੀਂ ਤਾਂ ਫਿਰ ਜਰੂਰੀ ਸ਼ਾਸਨਿਕ ਕਾਰਵਾਈ ਹੈ ਉਹ ਕਰ ਦਿੱਤੀ ਜਾਵੇ ਜੀ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰੀ ਟੀਮਾਂ ਦੇ ਵੱਲੋਂ ਕਣਕ ਦੇ ਸੁੰਗੜੇ ਹੋਏ ਦਾਣੇ ਦਾ 17 ਜ਼ਿਲ੍ਹਿਆਂ ਦਾ ਸਰਵੇਖਣ ਮੁਕੰਮਲ ਕਰ ਲਿਆ ਗਿਆ ਇਹ ਜਦੋਂ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਕੀਤਾ ਗਿਆ ਕਿ ਇਸ ਵਾਰ ਮਾਰਚ ਦੇ ਮਹੀਨਿਆਂ ਦੇ ਵਿੱਚ ਤਾਪਮਾਨ ਬਹੁਤ ਵਧ ਗਿਆ। ਮਾਰਾ ਦਾ ਕਹਿਣਾ ਹੈ ਕਿ 122 ਸਾਲਾਂ ਦਾ ਰਿਕਾਰਡ ਟੁੱਟ ਗਿਆ। ਉਹ ਜੋ ਲਹਿਰ ਦੇ ਵਿੱਚ ਤਬਦੀਲੀ ਨਜ਼ਰ ਆਉਂਦੀ ਪਈ ਹੈ। ਅਜਿਹੇ ਮੌਕੇ ਜਿਹੜਾ ਇਹ ਟੀਮਾਂ ਆਈਆਂ ਉਹਨਾਂ ਨੇ ਸਾਰੇ ਖੇਤਰਾਂ ਦਾ ਦੌਰਾ ਕੀਤਾ। ਔਰ ਦੇਖਿਆ ਕਿ ਇਹ ਸੁਗੜਿਆ ਦਾਣਾ ਜਿਹਨੂੰ ਅਸੀਂ ਮਾਜੂ ਦਾਣਾ ਕਹਿੰਦੇ ਆ ਉਹਦਾ ਸਾਈਜ਼ ਘਟਿਆ ਫਿਰ ਇਹ ਹੈ ਤਾਂ ਕੁਦਰਤੀ ਆਫਤ ਹੈ ਇਹ ਕਿਸਾਨਾਂ ਦੇ ਗਲਤੇ ਨਾ ਪਾਈ ਜਾਵੇ ਪਤਾ ਲੱਗਿਆ ਕਿ ਉਹਨਾਂ ਨੇ ਦੌਰਾ ਕਰ ਲਿਆ ਚੈੱਕ ਕਰ ਲਿਆ ਨਮੂਨੇ ਲਈ ਸੀ ਨਮੂਨਿਆਂ ਦੀ ਜਾਂਚ ਕਰਾ ਲਈ ਕੇਂਦਰ ਸਰਕਾਰ ਦਾ ਮਾਪਦੰਡ ਹੈ ਕਿ 6% ਜੇ ਮੌਜੂਦਾ ਨਾ ਹੋਵੇਗਾ ਤਾਂ ਕੋਈ ਵੱਡੀ ਗੱਲ ਨਹੀਂ ਪਰ ਇਸ ਤੋਂ ਜ਼ਿਆਦਾ ਹੈ ਕਿਸਾਨ ਉਹਦੇ ਤੇ ਕੁਝ ਰਾਹਤ ਮੰਗਦੇ ਆ ਖਰੀਦ ਏਜੰਸੀਆਂ ਵੀ ਕਹਿੰਦੀਆਂ ਨੇ ਹੁਣ ਵੱਡੀ ਗੱਲ ਇਹ ਹੈ ਜਿਹੜਾ ਅਡਾਨੀਆਂ ਦੇ ਸੈਲੋ ਚ ਇਕੱਠਾ ਕੀਤਾ ਜਾ ਰਿਹਾ ਹੈ ਉੱਥੇ ਇਹ ਕੋਈ ਸ਼ਰਤੀ ਨਹੀਂ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਉੱਥੇ ਵੀ ਭਾਰਤੀ ਖੁਰਾਕ ਨੇ ਕੰਮ ਖਰੀਦ ਰਹੀ ਹੈ ਤੇ ਦੂਜੇ ਪਾਸੇ ਜੇ ਮੰਡੀਆਂ ਦੇ ਵਿੱਚ ਅਧਿਕਾਰੀ ਚੱਕਦੇ ਨਹੀਂ ਕਿ ਕੱਲ ਨੂੰ ਉਹ ਕਹਿੰਦੇ ਮੰਡੀਆਂ 'ਚ ਹੀ ਰੱਖੋ ਜਦੋਂ ਇੱਥੋਂ ਚੱਕਿਆ ਜਾਣਾ ਤਾਂ ਉਸ ਵੇਲੇ ਸਾਡੇ ਗਲ ਪਾਏਗਾ ਉਹਨਾਂ ਨੇ ਪਹਿਲਾਂ ਖਰੀਦ ਬੰਦ ਕਰਤੀ ਬਾਅਦ ਦੇ ਵਿੱਚ ਖਰੀਦ ਸ਼ੁਰੂ ਵੀ ਕਰਤੀ ਜੀ ਇਸ ਕਰਕੇ ਇਸ ਮਾਮਲੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਜਿਹੜੀ ਟੀਮ ਆਈ ਸੀ ਉਹ ਟੀਮ ਆਪਣੀਆਂ ਸਪਾਰਸ਼ਾ ਲਾਗੂ ਕਰੇ ਤਾਂ ਕਿ ਅਜੇ ਬਹੁਤ ਸਰੀ ਕਾਰਕ ਮੰਡੀਆਂ ਦੇ ਵਿੱਚ ਆ ਰਹੀ ਹੈ ਔਰ ਕਿਸਾਨਾਂ ਨੂੰ ਕੋਈ ਨਾ ਕੋਈ ਰਾਹਤ ਦਿੱਤਾ ਜਾਵੇ ਐਲਾਨਿਆ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਸੀ ਕਿ ਉਹ ਕਿਸਾਨਾਂ ਨੂੰ ਕੋਈ ਪੈਕੇਜ ਦੇ ਸਕਦੇ ਆ ਦਿੱਤਾ ਤਾਂ ਨਹੀਂ ਦੇ ਸਕਦੇ ਆ ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਇਹਦਾ ਐਲਾਨ ਕਰਦੇ ਵੀ ਹੈ ਜਾਂ ਨਹੀਂ ਕਰਦੇ ਜੀ ਤਿਰਲੋਜੀ ਮਨਜਿੰਦਰ ਸਿੰਘ ਸਿਰਸਾ ਦਾ ਇਹ ਕਹਿਣਾ ਕਿ 1984 ਦੇ ਬਾਰੇ ਫਿਲਮ ਬਣਨੀ ਚਾਹੀਦੀ ਤਾਂਕਿ ਦੇਸ਼ ਦੇ ਲੋਕਾਂ ਨੂੰ ਸਿੱਖਾਂ ਤੇ ਹੋਏ ਜ਼ੁਲਮਾਂ ਦਾ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੇ ਅਤਿਆਚਾਰ 1984 ਦੇ ਵਿੱਚ ਕੀਤੇ ਗਏ ਸੀ ਪਹਿਲਾਂ ਇਹ ਕੁਝ ਕਰਾਉਣ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਮੰਤਰੀ ਨੂੰ ਜਾ ਕੇ ਪੁੱਛ ਲੇ ਉਹ ਇਹ ਸਾਰਾ ਕੁਝ ਕਰਾਉਣ ਨੂੰ ਤਿਆਰ ਨੇ ਕੱਲੇ 84 ਦੇ ਕਿਉਂ ਕਰਾਉਣਾ ਚਾਹੁੰਦਾ ਮਨਜਿੰਦਰ ਸਿੰਘ ਸਿਰਸਾ ਜਿਹੜਾ ਸਾਕਾ ਨੀਲਾ ਤਾਰਾ ਵਾਪਰਿਆ ਫਮੇ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜਾ ਕੇ ਇਹ ਦਰਬਾਰ ਸਾਹਿਬ ਤੇ ਫੌਜਾਂ ਚੜੀਆਂ ਗਈਆਂ ਇਹਦੀ ਵੀ ਜਾਂਚ ਨਾਲ ਕਰਾ ਲਈ ਜਾਵੇ ਨਾਲੇ ਪਤਾ ਲੱਗ ਜੂਗਾ ਵੀ ਕੌਣ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਆ ਕਿ 84 ਤੇ ਫਿਲਮ ਮੰਨੀ ਚਾਹੀਦੀ ਹੈ ਸਰਕਾਰ ਨੂੰ ਪੁੱਛੋ ਤੁਹਾਨੂੰ ਆਗਿਆ ਦਿੰਦੇ ਨੇ ਉਹਨੂੰ ਬਹੁਤ ਸਾਰੇ ਲੋਕਾਂ ਨੇ ਦੰਗਾ ਕੀਤਾ ਸੀ ਉਹ ਦੰਗਾ ਨਹੀਂ ਸੀ ਇੱਕ ਤਰਫਾ ਕਤਲੇਆਮ ਸੀ ਇੱਕ ਪਾਸੇ ਨੇ ਹੱਥੇ ਲੋਕ ਤੁਰੇ ਜਾਂਦੇ ਹੋਣ ਦੂਜੇ ਪਾਸੇ ਉਹਨਾਂ ਤੇ ਨੇ ਹੱਥੇ ਕਰਕੇ ਉਹਨਾਂ ਦਾ ਕਤਲੇਆਮ ਕੀਤਾ ਜਾਵੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਉਸ ਸਮੇਂ ਵਾਪਰਿਆ ਸੀ ਉਹ ਬਹੁਤ ਮੰਦ ਭੱਗਾ ਸੀ ਸਿਰਸਾ ਸਾਹਿਬ ਤੁਸੀਂ ਦਿੱਲੀ ਚ ਰਹਿੰਦੇ ਹੋ ਕਦੇ ਦੁੱਖ ਦਰਦ ਦੇਖਿਆ ਤੁਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੋ ਜਾਂ ਉਹਨਾਂ ਦੇ ਖਰੀਂਡੇ ਹੋਏ ਜ਼ਖਮਾਂ ਨੂੰ ਉਹਨਾਂ ਦੇ ਜ਼ਖਮਤ ਜਿਹੜਾ ਖਰੀਂਡ ਆਇਆ ਹੈ ਉਹਨੂੰ ਫੇਰ ਖੁਰਚਲਾ ਚਾਹੁੰਦੇ ਹੋ ਇਹ ਗਲਤਾ ਬਹੁਤ ਬੰਦਪਾਗੀ ਹੈ ਜਿਹੜਾ ਹੋਇਆ ਸੀ ਉਸ ਵੇਲੇ ਉਹ ਉਦੋਂ ਵੀ ਬੰਦਪਾਗਾ ਹੋਇਆ ਸੀ ਜਿਹੜੀਆਂ ਔਰਤਾਂ ਉਸ ਵੇਲੇ 33 ਸਾਲ ਦੀਆਂ ਸੀ ਅੱਜ ਉਹ ਉਮਰਾਂ ਦੇ ਉਸ ਵੇਲੇ ਉਹ ਭਰ ਜਵਾਨੀ ਵਿੱਚ ਸਨ ਕਿਸੇ ਦਾ ਇੱਕ ਬੱਚਾ ਸੀ ਕਿਸੇ ਦੇ ਸ਼ਾਇਦ ਬੱਚਾ ਵੀ ਨਹੀਂ ਹੋਇਆ ਸੀ ਅੱਜ ਉਹੀ ਔਰਤਾਂ ਆਪਣੀ ਉਮਰ ਦੇ ਆਖਰੀ ਪੜਾਅ ਵੱਲ ਨੂੰ ਵਧਣ ਲੱਗੀਆਂ ਨੇ ਉਹਨਾਂ ਦੇ ਜ਼ਖਮਾਂ ਤੇ ਕੋਈ ਸਿਆਸਤਾਂ ਬਹੁਤ ਕੀਤੀਆਂ ਪਰ ਉਹਨਾਂ ਦੇ ਜ਼ਖਮਾਂ ਤੇ ਮਰਮ ਲਾਉਣ ਦਾ ਉਹ ਯਤਨ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ ਜੀ ਇਸ ਤਰ੍ਹਾਂ ਦੇ ਜਿਹੜੇ ਦੰਗੇ ਹੁੰਦੇ ਐ ਇਸ ਤਰ੍ਹਾਂ ਦੰਗੇ ਨਹੀਂ ਇਹ ਇਸ ਤਰ੍ਹਾਂ ਦੇ ਕਤਲ ਆਮ ਨੇ ਹਮ ਅੱਜ ਕੱਲ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਝੂਲੀ 'ਚ ਬੈਠੇ ਨੇ ਭਾਜਪਾ ਦੀ ਦੇ ਵਿੱਚ ਤੇ ਗੱਲ ਉਸ ਤਰ੍ਹਾਂ ਦੀ ਕਰਦੇ ਐ ਕਿਉਂਕਿ ਇਹ ਦੋਸ਼ ਉਸ ਵੇਲੇ ਦੇ ਹਾਕਮਤਰ ਕਾਂਗਰਸ ਦੇ ਲੱਗਦੇ ਨੇ ਉਸ ਤੋਂ ਬਾਅਦ ਜਿਹੜਾ ਦਿੱਲੀ ਦੇ ਵਿੱਚ ਵਾਪਰਿਆ ਵਾਪਰਿਆ ਫਿਲਮ ਤਾਂ ਉੱਤੇ ਦੀ ਬਣਾ ਦਿਓ ਇਹ ਸਾਰਾ ਕੁਝ ਜੋ ਵਾਪਰਿਆ ਮਿਲੀ ਭੁਗਤਾਨ ਦੇ ਨਾਲ ਵਾਪਰਿਆ ਸਾਰਿਆਂ ਤੇ ਬਣਾਓ ਉਹਨਾਂ ਵੱਲੋਂ ਸਿਆਸੀ ਤੌਰ ਤੇ ਕੀਤੀ ਗਈ ਮੰਗ ਜਾਇਜ਼ ਹੈ ਕਿਉਂਕਿ ਇਹਦਾ ਜੇ ਨੁਕਸਾਨ ਹੋਣਾ ਹੈ ਤਾਂ ਕਾਂਗਰਸ ਪਾਰਟੀ ਨੂੰ ਹੋਣਾ ਹੈ ਉਹਨਾਂ ਦੇ ਵੇਲੇ ਇਹ ਸਾਰਾ ਕੁਝ ਹੋਇਆ ਸੀ ਪਰ ਕੀ ਅਸੀਂ ਉਹਨਾਂ ਲੋਕਾਂ ਨੂੰ ਕਦੇ ਸੋਚਿਆ ਕਿ ਉਹਨਾਂ ਦੀਆਂ ਜ਼ਿੰਦਗੀਆਂ ਕਿਵੇਂ ਬਰਬਾਦ ਹੋ ਗਈਆਂ ਬਿਲਕੁਲ ਜੀ ਜੀ ਢਿਲੋ ਜੀ ਦੇਖਿਆ ਜਾ ਰਿਹਾ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਜਿਹੜੇ ਸਾਡੇ ਸਿੱਖ ਉੱਥੇ ਜਾਂਦੇ ਨੇ ਉਹ ਵੀ ਹਮਲੇ ਦਾ ਸ਼ਿਕਾਰ ਹੋ ਰਹੇ ਨੇ ਹਾਲ ਹੀ ਦੇ ਵਿੱਚ ਦੇਖਿਆ ਗਿਆ ਕਿ ਨਿਊਯਾਰਕ ਦੇ ਵਿੱਚ ਵੀ ਸਿੱਖ ਬਜ਼ੁਰਗਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਉਸ 19 ਸਾਲਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹਦਾ ਨਾਮ ਬਰਾਊਨ ਬਿਲੇ ਹੈ ਜੀ ਜਿਹੜੀਆਂ ਰਿਪੋਰਟਾਂ ਹੁਣ ਤੱਕ ਉੱਥੋਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਕਹਿੰਦੇ ਵੀ ਉਹ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਉਹਦਾ ਹੂੰ ਮੈਂ ਉੱਥੋਂ ਦੀਆਂ ਏਜੰਸੀਆਂ ਦੇ ਨਾਲ ਸਹਿਮਤ ਹੋ ਜਾਂਦਾ ਕਿ ਦਿਮਾਗੀ ਸੰਤੁਲਨ ਠੀਕ ਨਹੀਂ ਹੋਵੇਗਾ ਉਹਨੇ ਸਾਰਾ ਕਾਰਾ ਬਾਹਰ ਆ ਕੇ ਸਿੱਖ ਬਜ਼ੁਰਗਾਂ ਤੇ ਕਿਉਂ ਕੀਤਾ ਆਪਦੇ ਘਰ ਚ ਨਾ ਕੀਤਾ ਜੇ ਐਡਾ ਸੀ ਉਹਦੇ ਕੋਈ ਘਰ ਦੇ ਵਿੱਚ ਮਾਂ ਹੋਵੇਗੀ ਭੈਣ ਹੋਵੇਗੀ ਬਜ਼ੁਰਗ ਹੋਣਗੇ ਉੱਥੇ ਕਿਉਂ ਨਾ ਕੀਤਾ ਉੱਥੋਂ ਦੀਆਂ ਜਾਸੂਸ ਏਜੰਸੀਆਂ ਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਤੇ ਇਹਦੇ ਪਿੱਛੇ ਕੋਈ ਹੋਰ ਤਰਤਾ ਨਹੀਂ ਖੜੀ ਜਿਹੜੀ ਉਕਸਾ ਕੇ ਇਹ ਕਰਾ ਰਹੀ ਹੋਵੇ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਉਹਦਾ ਪੂਰਾ ਪਤਾ ਲਾਉਣਾ ਚਾਹੀਦਾ ਹੈ ਕਿ ਆਖਰ ਉਹਨੇ ਇਹ ਕਿਉਂ ਕੀਤਾ ਸੀ ਉੱਥੋਂ ਦੀਆਂ ਏਜੰਸੀਆਂ ਉਹ ਬਹੁਤ ਤਜਰਬੇਕਾਰ ਨੇ ਔਰ ਉਨਾਂ ਕੋਲੇ ਢੰਗ ਵੀ ਇਹ ਜਿਹੇ ਨੇ ਜਿੰਨਾ ਢੰਗਾ ਦੇ ਰਾਹੀ ਉਹ ਆਖਰ ਤੱਕ ਜਾ ਵੜਦੇ ਐ ਜਿਹੜਾ ਤੀਜੇ ਦਰਜੇ ਦਾ ਤਸੀਹੇ ਦੇਣ ਦਾ ਕੰਮ ਸਾਡੇ ਕੋਲੇ ਇੱਥੇ ਪੁਲਿਸ ਕੋਲੇ ਐ ਇਹ ਉਹਨਾਂ ਦਾ ਆਪਣਾ ਤਰੀਕਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਤਾ ਜ਼ਰੂਰ ਲਾਉਣਾ ਚਾਹੀਦਾ ਹੈ ਕਿ ਉਹਦੇ ਪਿੱਛੇ ਆਖਰ ਸਾਜ਼ਿਸ਼ ਕਿਸ ਸਦੀ ਸੀ ਜੀ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਅਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਸੜਕ ਹਾਦਸੇ ਵਾਪਰਦੇ ਨੇ ਬੇਸ਼ੱਕ ਕਿਹਾ ਜਾਂਦਾ ਕਿ ਅਵਾਰਾ ਪਸ਼ੂਆਂ ਤੇ ਨਿਕੇਲ ਜ਼ਰੂਰ ਕਰੀ ਜਾਗੀ ਇਸ ਦੇ ਬਾਵਜੂਦ ਵੀ ਦੇਖਿਆ ਜਾਂਦਾ ਹੈ ਕਿ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਸ਼ਰਿਆਮ ਘੁੰਮਦੇ ਨੇ ਜਿਸ ਕਰਕੇ ਹਾਦਸੇ ਵੱਧ ਤੋਂ ਵੱਧ ਹੋ ਰਹੇ ਹਨ ਭਾਰਤ ਦੇ ਵਿੱਚ ਉਹਨੇ ਕਤਲ ਨਹੀਂ ਹੁੰਦੇ ਜਿਨੇ ਹਾਦਸੇ ਵਾਪਰ ਰਹੇ ਨੇ ਉਹਨਾਂ ਹਾਸਿਆਂ ਦਾ ਬਹੁਤ ਸਾਰੇ ਥਾਵਾਂ ਤੇ ਕਾਰਨ ਇਹ ਅਵਾਰਾ ਡੰਗਰ ਬੰਦੇ ਨੇ ਇੱਕ ਪਾਸੇ ਅਸੀਂ ਗਊ ਨੂੰ ਮਾਤਾ ਦਾ ਦਰਜਾ ਦਿੰਨੇ ਆ ਗਊ ਮਾਤਾ ਜੀ ਜੇ ਉਹਨਾਂ ਨੂੰ ਮਾਤਾ ਦਾ ਦਰਜਾ ਦਿੰਨੇ ਆ ਤਾਂ ਜਿਹੜੇ ਮੇਲ ਨਾਲ ਤੁਰੇ ਫਿਰਦੇ ਨੇ ਉਹਨਾਂ ਦਾ ਪਿਤਾ ਦਾ ਦਰਜਾ ਤਾਂ ਉਹ ਆਪਣੇ ਬਣ ਗਿਆ ਭਾਵੇਂ ਮੇਲ ਹੋਣ ਭਾਵੇਂ ਫੀਮੇਲ ਗਊ ਹੋਣ ਇਹਨਾਂ ਤੇ ਰਾਜਦਿੱਤੀਆਂ ਕੀਤੀਆਂ ਜਾ ਰਹੀਆਂ ਨੇ ਅਸਲੀਅਤ ਵਾਲੇ ਪਾਸੇ ਨਹੀਂ ਗਏ ਪੰਜਾਬ ਦੇ ਵਿੱਚ ਕਹਿੰਦੇ 2000 ਤੋਂ ਵੱਧ ਗਊਸ਼ਾਲਾਵਾਂ ਨੇ ਜਿੱਥੇ 10 ਲੱਖ ਦੇ ਕਰੀਬ ਗਊਆਂ ਨੇ ਕੱਲ ਇੱਕ ਗਊਸ਼ਾਲਾ ਦੀ ਰਿਪੋਰਟ ਛਪੀ ਕਿ 43 ਡਿਗਰੀ ਤਾਪਮਾਨ ਦੇ ਵਿੱਚ ਉਹ ਗਊਆਂ ਧੁੱਪ ਦੇ ਵਿੱਚ ਬੈਠੀਆਂ ਨੇ ਬਹੁਤ ਸਾਰੇ ਗਊ ਮਤਾਮਾਂ ਦੇ ਪੋਸਟਮਾਰਟਮ ਕੀਤੇ ਗਏ ਜਦੋਂ ਮਰੀਆਂ ਪਿਛਲੇ ਸਾਲ ਸਾਲਾਂ ਦੇ ਵਿੱਚ ਉਹਨਾਂ ਦੇ ਪੇਟ ਦੇ ਵਿੱਚੋਂ ਪਲਾਸਟਿਕ ਤੇ ਹੋਰ ਉਹ ਵਸਤਾ ਬਾਹਰ ਨਿਕਲ ਕੇ ਆਈਆਂ ਤੇ ਅਸੀਂ ਕੀ ਕੀਤਾਗਾ ਸਿਆਸਤ ਟੈਕਸ ਵੀ ਲਾਤੇ ਸਾਡੇ ਤੇ ਬਿਜਲੀ ਦੇ ਬਿਲਾ ਤੇ ਵੀ ਗਊ ਸਸ ਲੱਗਿਆ ਤੇ ਉਹਦੇ ਚੇਅਰਮੈਨ ਵੀ ਬਣ ਗਏ ਗਊ ਬਾਂਸ ਚੇਅਰਮੈਨ ਕੀ ਅਸੀਂ ਉਹਨਾਂ ਗਊਆਂ ਨੂੰ ਸੁਭਾਲਣ ਚ ਕਾਮਯਾਬ ਹੋਏ ਆਂ ਇਹਨਾਂ ਮਾਨਜੋਗ ਮਤਾਮਾਂ ਨਾਲ ਜੋ ਕੁਝ ਬਾਪਰਦਾ ਹੈ ਉਹ ਅਸੀਂ ਬਿਆਨ ਕਰ ਸਕਦੇ ਹਾਂ ਇਹ ਵੀ ਦੇਖਣ ਚ ਆਇਆ ਹੈ ਕਿ ਤੜਕੇ ਖਿੱਚ ਲੈਣਗੇ ਉਹਦਾ ਦੁੱਧ ਚੋ ਲੈਣਗੇ ਉਹਦੇ ਬਾਅਦ ਡੰਡਾ ਮਾਰ ਕੇ ਜਿੱਥੇ ਮਰਜੀ ਤੁਰੇ ਫਰੇ ਸੜਕ ਤੇ ਜੋ ਮਰਜੀ ਖਾ ਕੇ ਆਵੇ ਸ਼ਾਮ ਨੂੰ ਫੇਰ ਬਣ ਲੈਣੀ ਹੈ ਇਹ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਵੀ ਤੁਰੇ ਫਿਰਦੇ ਆ ਇਨਾ ਅਵਾਰਾ ਨਗਰਾਂ ਦੀ ਗਿਣਤੀ ਕਹਿੰਦੇ 50 ਲੱਖ ਤੋਂ ਵਧੇਰੇ ਹੈ। ਔਰ ਨਵੰਬਰ ਦਸੰਬਰ ਦੇ ਮਹੀਨੇ 'ਚ ਜਦੋਂ ਕਣਕਾਂ ਹੁੰਦੀਆਂ ਨੇ ਤਾਂ ਕਿਸਾਨਾਂ ਦਾ ਉਜਾੜਾ ਹੋ ਜਾਂਦਾ ਹੈ। ਸਾਡੇ ਵੀ ਯੂਪੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਕੰਡਿਆਲੀਆਂ ਤਾਰਾਂ ਲਾ ਕੇ ਰਾਤ ਨੂੰ ਉਹਨਾਂ 'ਚ ਕਰੰਟ ਛੱਡਿਆ ਜਾਂਦਾ ਹੈ। ਜਿੱਥੇ ਜਾ ਕੇ ਜਦੋਂ ਇਹ ਜਾਲ ਬਰੋਂ ਨੂੰ ਟੱਚ ਕਰਦਾ ਹੈ ਉਹਨੂੰ ਕਰੰਟ ਦਾ ਏਡਾ ਵੱਡਾ ਝਟਕਾ ਵੱਜਦਾ ਹੈ ਕਿ ਕਈ ਘੰਟੇ ਬੇਹੋਸ਼ ਪਿਆ ਰਹਿੰਦਾ ਹੈ ਕੀ ਅਸੀਂ ਸਿਰਫ ਇਹਨਾਂ ਤੇ ਸਿਆਸਤ ਕਰਨੀ ਹੈ ਜੇ ਇਹਨਾਂ ਦਾ ਹੱਲ ਕਰਨਾ ਹੈ ਮੈਂ ਅੱਜ ਤੋਂ ਬਹੁਤ ਚਿਰ ਪਹਿਲਾਂ ਇੱਕ ਸੁਝਾਅ ਦਿੱਤਾ ਸੀ ਅਵਾਰਾ ਕੁੱਤਿਆਂ ਦਾ ਵੀ ਅਵਾਰਾ ਡੰਗਰਾਂ ਦਾ ਵੀ ਇਹਨਾਂ ਦੀ ਜਨਨ ਕਿਰਿਆ ਇਹਨਾਂ ਦੀ ਜਿਹੜੀ ਜਨਰੇਸ਼ਨ ਹੈ ਪੈਦਾ ਹੋ ਰਹੀ ਹੈ ਉਹ ਰੁਕਣੀ ਪਵੇਗੀ ਉਹ ਕਦੋਂ ਰੁਕੇਗੀ ਜੇ ਇਹਨਾਂ ਦੀ ਸੈਪਰੇਸ਼ਨ ਹੋਵੇਗੀ ਅਲੱਗ-ਅਲੱਗ ਰਹਿਣਗੇ ਸਾਡੇ ਇੱਥੇ ਸ਼ੁਰੂ ਕੀਤੇ ਇੱਕ ਬੀਬੀ ਮੰਤਰੀ ਬਹੁਤ ਵੱਡੀ ਇੱਕ ਸਮਾਗਮ ਦੇ ਵਿੱਚ ਇੱਕ ਸਿਪਾਈ ਨੇ ਇੱਕ ਕੁੱਤੇ ਦੇ ਡੰਡਾ ਮਾਰਿਆ ਉਹਨੇ ਉਸ ਸਸਪੈਂਡ ਕਰਾਤਾ ਮੈਂ ਉਦੋਂ ਇੱਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਮੈਂ ਕਿਹਾ ਦੋ ਚਾਰ ਟਰੱਕੇ ਦੇ ਬੀਬੀ ਦੇ ਘਰੀ ਭੇਜ ਦੋ ਦਿੱਲੀ ਭਰ ਕੇ ਕੁੱਤਿਆਂ ਦੇ ਕਦੇ ਦੇਖਿਆ ਕੁੱਤਿਆਂ ਦਾ ਦਰਦ ਤਾਂ ਹੈ ਅਵਾਰਾ ਨਗਰਾਂ ਦਾ ਦਰਦ ਹੈ ਪਰ ਜਿਹੜੇ ਕੁੱਤੇ ਮਾਸੂਮਾਂ ਨੂੰ ਨੋਚ ਨੋਚ ਕੇ ਖਾ ਜਾਂਦੇ ਨੇ ਉਹ ਕਦੇ ਦਰਦ ਕਿਸੇ ਨਹੀਂ ਕੀਤਾ ਬਹੁਤ ਸੋਹਣਾ ਲਿਖਿਆ ਗੁਰਦਾਸ ਮਾਨ ਸਾਹਿਬ ਨੇ ਪੱਥਰਾਂ ਨੂੰ ਪੂਜਣ ਵਾਲਿਓ ਕੁਝ ਕਦਰ ਕਰੋ ਇਨਸਾਨਾਂ ਦੀ ਲੜਾਈਆਂ ਹੋ ਰੀਆਂ ਨੇ ਤੇ ਇਨਸਾਨਾਂ ਨੂੰ ਕੌਣ ਪੁੱਛਦਾ ਸੋ ਇਨਾ ਮਾਮਲਿਆਂ ਦੇ ਵਿੱਚ ਸਿਆਸਤਾਂ ਦੀ ਥਾਂ ਦੇ ਉੱਤੇ ਰਲ ਮਿਲ ਕੇ ਸਾਰੇ ਇਹਦਾ ਟੁਕਮਾ ਹੱਲ ਕਰ ਗਏ ਇਹ ਕਿੰਨੇ ਜਿਹੜੇ ਗੌਰ ਰੱਖ ਕੇ ਬੜੇਵੇਂ ਨੇ ਕਿੰਨੇ ਸਵਾਲ ਉੱਠਦੇ ਨੇ ਉਹਨਾਂ ਤੇ ਕਈਆਂ ਦੇ ਉੱਤੇ ਪਰਚੇ ਵੀ ਦਰਜ ਹੋਏ ਨੇ ਸਰਕਾਰੇ ਦੀ ਨੀਤੀ ਕਿਉਂ ਨਹੀਂ ਬਣਾਉਂਦੀ ਇਹਨਾਂ ਨੂੰ ਬੰਦੇ ਮਾਰਦੇ ਨੇ ਇਹ ਕੋਈ ਪਰਚਾ ਨਹੀਂ ਜੇ ਕੋਈ ਇਹਦੇ ਬਲ ਕਰਦੇ ਵੀ ਤਾਂ ਧਰਨੇ ਲੱਗ ਜਾਂਦੇ ਨੇ ਉੱਥੇ ਕਦਰ ਇਨਸਾਨਾਂ ਦੀ ਨਹੀਂ ਸਿਆਸਤਾ ਨੇ ਉਹਦੇ ਵਿੱਚ ਇਹ ਜਿਹੜੇ ਬਹੁਤ ਸਾਰੇ ਟੋਲੇ ਬਣੇ ਹੋਏ ਨੇ ਉਕੀ ਕੁਝ ਕਰਦੇ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਮਹਿਸੂਸ ਕਰਦਾ ਕਿ ਇਸ ਮਾਮਲੇ ਦੇ ਵਿੱਚ ਸਿਆਸਤ ਛੱਡ ਕੇ ਕੇਂਦਰ ਸਰਕਾਰ ਨੂੰ ਤੇ ਰਾਜ ਸਰਕਾਰਾਂ ਨੂੰ ਮਿਲ ਕੇ ਇਹਦੇ ਠੁਕਮੇ ਹੱਲ ਦੀ ਜ਼ਰੂਰਤ ਹੈ ਠੁਕਮਾ ਹੱਲ ਇਹਦਾ ਇਹੋ ਹੀ ਹੈ ਕਿ ਇਹਨਾਂ ਦੀ ਜਨਰੇਸ਼ਨ ਘਟਾਈ ਜਾਵੇ ਭਾਵੇਂ ਕੁੱਤੇ ਨੇ ਭਾਵੇਂ ਡੰਗਰ ਨੇ ਕਿਉਂਕਿ ਉਮਰ ਇਹਨਾਂ ਦੀ 115 ਸਾਲ ਹੈ ਦੀ ਅੱਜ ਤੋਂ ਅਸੀਂ ਸ਼ੁਰੂ ਕਰ ਦੇਵਾਂਗੇ ਇੱਕ ਸਟੇਜ ਇਹੋ ਜੀ ਆਵੇਗੀ ਜਿੱਥੇ ਇਹ ਰੁਕ ਜਾਣਗੇ ਰਾਤ ਨੂੰ ਜ਼ਿਮੀਦਾਰ ਇਹਨਾਂ ਦੀ ਰੱਖੀਆਂ ਵਾਸਤੇ ਤੁਰੇ ਫਿਰਦੇ ਆ ਹੁਣ ਮੰਡੀਆਂ ਦੇ ਵਿੱਚ ਚਲੇ ਜਾਂਦੇ ਆ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਇਹਦੇ ਤੇ ਸਿਆਸਤਾਂ ਛੱਡ ਕੇ ਮੇਰਾ ਖਿਆਲ ਆ ਜੇ ਹਰੇਕ ਪਿੰਡ ਦੇ ਵਿੱਚ ਇਹ ਸਭ ਵਾਸਤੇ ਗਊਸ਼ਾਲਾ ਬਣ ਜੇ ਪਿੰਡਾਂ ਦੇ ਲੋਕ ਚਾਰਾ ਦੇਣ ਨੂੰ ਕੋਈ ਉਹ ਨਹੀਂ ਕਰਦੇ ਜਿਹੜੇ ਦੂਜੇ ਰਾਜਾਂ ਤੋਂ ਦੂਜੇ ਰਾਜਾਂ ਦੇ ਵਿੱਚ ਆ ਕੇ ਵੀ ਤੁਰੇ ਹੁੰਦੇ ਆ ਕਈਆਂ ਦਾ ਕੰਮ ਹੀ ਡੰਗਰਾਂ ਤੇ ਉਹ ਜੰਮੂ ਕਸ਼ਮੀਰ ਤੋਂ ਤੁਰਦੇ ਆ ਤੇ ਇੱਥੇ ਲੱਗੀ ਜਾਂਦੇ ਆ ਇਹਦੇ ਲਈ ਠੋਸ ਨੀਤੀ ਦੀ ਜ਼ਰੂਰਤ ਹੈ ਜੀ ਠੀਲੋ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀ ਨੇ ਤੁਹਾਡਾ ਬਤ ਬਤ ਸ਼ੁਕਰੀਆ ਜੀ ਸ਼ੁਕਰੀਆ ਜੀ ਇਹ ਸੰਜੇ ਸਪਾਸ ਸਿੰਘ ਠੀਲੋ ਜੀ ਜਿਨੇ ਕਿਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ